ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮੁਕੇਸ਼ ਕੁਮਾਰ ਹੈ। ਮੈਂ ਇੱਕ ਸਾਈਕੈਟ੍ਰਿਸਟ ਹੂੰ, ਮਨੋਚਿਕਿਤਸਕ। ਮੈਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹੋਸਪਿਟਲ ਤਰਨ ਤਾਰਨ ਮੇਂ ਕਾਮ ਕਰਤਾ ਹੂੰ, ਐਜ਼ ਆ ਕੰਸਲਟੈਂਟ ਸਾਈਕੈਟ੍ਰਿਸਟ। ਹਮਾਰੇ ਹੋਸਪਿਟਲ ਮੇਂ ਪੰਜਾਬ ਸਰਕਾਰ ਦੁਆਰਾ ਮਾਨਿਅਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰ ਹੈ, ਜੋ ਕਿ 20 ਬੈਡਿਡ ਸੈਂਟਰ ਹੈ, ਜੋ ਹਮਾਰੇ ਹਸਪਤਾਲ ਕੀ ਤੀਸਰੀ ਮੰਜ਼ਿਲ ਪਰ ਬਣਾ ਹੁਆ ਹੈ। ਯਹਾਂ ਪਰ ਨਸ਼ਾ ਛੁਡਾਨੇ ਕੇ ਲੀਏ ਮਰੀਜ਼ ਕਭੀ ਵੀ ਆ ਸਕਤਾ ਹੈ। 24 ਘੰਟੇ ਸੁਵਿਧਾਏ ਉਪਲਬਧ ਹੈ। ਮਰੀਜ਼ OPD ਮੇਂ ਵੀ ਆ ਸਕਤਾ ਹੈ, ਐਮਰਜੈਂਸੀ ਮੇਂ ਵੀ ਆ ਸਕਤਾ ਹੈ, ਔਰ ਕਿਸੀ ਵੀ ਤਰ੍ਹਾਂ ਕਾ ਨਸ਼ਾ, ਜੈਸੇ ਚਿੱਟਾ, ਹੀਰੋਇਨ, ਸ਼ਰਾਬ, ਭਾਂਗ, ਗਾਂਜਾ ਜਾਂ ਅਨੇ ਕਿਸੀ ਵੀ ਤਰ੍ਹਾਂ ਕਾ ਨਸ਼ਾ ਛੁਡਾਨੇ ਕੀ ਸੁਵਿਧਾ ਯਹਾਂ ਪੇ ਹੈ। ਨੋਰਮਲੀ ਨਸ਼ਾ ਛੁਡਾਨਾ ਇੱਕ ਲੰਬਾ ਪ੍ਰੋਸੈਸ ਹੈ, ਲੇਕਿਨ ਹਮ ਮਰੀਜ਼ ਕੋ ਯਹਾਂ ਪੇ ਸ਼ੁਰੂਆਤੀ ਡੀਟੋਕਸੀਫਿਕੇਸ਼ਨ ਕੇ ਲੀਏ ਹਫਤੇ ਸੇ ਲੈ ਕੇ 15 ਦਿਨ ਤੱਕ ਦਾਖਿਲ ਕਰਤੇ ਹੈ, ਜਿਸ ਮੇਂ ਸ਼ੁਰੂਆਤੀ ਪਰੇਸ਼ਾਨੀਆਂ ਹਮ ਉਸਕੀ ਟ੍ਰੀਟ ਕਰਤੇ ਹੈ, ਦਵਾਈਓ ਕੇ ਦੁਆਰਾ ਔਰ ਕਾਉਂਸਲਿੰਗ ਕੇ ਦੁਆਰਾ। ਹਮਾਰੇ ਯਹਾਂ ਕਾ ਜੋ ਰਿਕਾਰਡ ਰਹਾ ਹੈ ਅਬ ਤੱਕ ਕਾ, ਬਹੁਤ ਹੀ ਅੱਛਾ ਹੈ, ਅਗਰ ਹਮ ਕੰਪੇਅਰ ਕਰੇ ਦੂਸਰੇ ਨਸ਼ਾ ਛੁਡਾਓ ਕੇਂਦਰ ਕੇ ਸਾਥ। ਤੋਂ ਹਮਾਰੀ ਟੀਮ ਮੇਂ ਮੈਂ ਹੈਡ ਕਰਤਾ ਹੂੰ ਆਪਣੀ ਟੀਮ ਕੋ। ਮੇਰੇ ਸਾਥ ਸੋਹਨ ਲਾਲ ਜੀ ਹੈ, ਜੋ ਕਿ ਹਮਾਰੇ ਕਲੀਨਿਕਲ ਸਾਈਕੋਲੋਜਿਸਟ ਹੈ। ਉਹ ਰੋਜ਼ਾਨਾ ਮਰੀਜ਼ੋ ਕੀ ਕਾਉਂਸਲਿੰਗ ਕਰਤੇ ਹੈ, ਇੰਡੀਵਿਜੁਅਲੀ, ਅਲੱਗ ਅਲੱਗ ਔਰ ਗਰੁੱਪ ਮੇਂ ਵੀ। ਅਗਰ ਕਿਸੀ ਕੋ ਨਸ਼ੇ ਕੇ ਸਾਥ ਕੋਈ ਔਰ ਮਾਨਸਿਕ ਪਰੇਸ਼ਾਨੀ ਹੋਤੀ ਹੈ, ਉਸਕਾ ਵੀ ਇਲਾਜ ਕੀਆ ਜਾਤਾ ਹੈ। ਹਮਾਰੇ ਵਾਰਡ ਮੇਂ ਜੋ ਸੁਵਿਧਾਏ ਮੌਜੂਦ ਹੈ, ਉਹ ਔਰ ਨਸ਼ਾ ਛੁਡਾਓ ਕੇਂਦਰ ਹੈ, ਉਨਕੇ ਮੁਕਾਬਲੇ ਕਾਫੀ ਬਿਹਤਰ ਹੈ। ਬਾਕੀ ਮੈਂ ਸਬਕੀ ਜਾਣਕਾਰੀ ਕੇ ਲਈ ਇਹ ਵੀ ਬਤਾਨਾ ਚਾਹੂੰਗਾ ਕਿ ਅਗਰ ਕਿਸੀ ਮਰੀਜ਼ ਕੋ ਕਿਸੀ ਵੀ ਤਰ੍ਹਾਂ ਕੀ ਪਰੇਸ਼ਾਨੀ ਹੈ ਨਸ਼ਾ ਛੁਡਾਨੇ ਕੇ ਲੀਏ, ਜਾਂ ਓਵਰਡੋਜ਼ ਮੇਂ ਆਤਾ ਹੈ, ਜਾਂ ਉਸੇ ਨਸ਼ੇ ਕਾ ਵਿਡਰੋਲ ਹੋ ਰਹਾ ਹੈ, ਜੈਸੇ ਦਰਦੇ ਹੋਣਾ ਜਾਂ ਲੂਜ਼ ਮੋਸ਼ਨ ਹੋਣਾ, ਕਭੀ ਵੀ ਕਿਸੀ ਵੀ ਟਾਈਮ 24 ਘੰਟੇ ਪਰੇਸ਼ਾਨੀ ਹੋਤੀ, ਉਹ ਐਮਰਜੈਂਸੀ ਮੇਂ ਆ ਸਕਤਾ ਹੈ। ਹਮਾਰੀ ਪੂਰੀ ਟੀਮ 24 ਘੰਟੇ ਅਵੇਲੇਬਲ ਹੈ ਯਹਾਂ ਪਰ, ਔਰ ਉਨਕੀ ਹੈਲਪ ਕਰਤੇ ਹੈ ਹਮ, ਔਰ ਜੋ ਉਸ ਮਰੀਜ਼ ਕੀ ਰਿਕੁਆਇਰਮੈਂਟ ਹੋਤੀ ਹੈ ਉਸਕੇ ਹਿਸਾਬ ਸੇ ਉਸਕਾ ਪ੍ਰੋਪਰ ਇਲਾਜ ਕੀਆ ਜਾਤਾ ਹੈ।